ਦਾ ਮਿਆਰ ਆ ਉਹ ਬਹੁਤ ਥੱਲੇ ਚਲੇ ਗਿਆ ਆ। ਆਪਾਂ ਜੇ ਸਰਕਾਰੀ ਸਕੂਲ 'ਚ ਬੱਚੇ ਪੜ੍ਹਾਉਣਾ ਜ਼ਿਆਦਾ ਪਸੰਦ ਨਹੀਂ ਕਰਦੇ, ਜੇ ਪੜ੍ਹਾਈ ਦੀ ਗੱਲ ਕਰੀਏ ਜਾਂ ਅੱਜ ਦੀ ਚੋਣ ਜਿਹੜੀ ਆਪਾਂ ਦੋਨੋਂ ਕੈਂਡੀਡੇਟ ਕਾਂਗਰਸ ਪਾਰਟੀ ਦੇ ਆ, ਇੱਕ ਬਲਾਕ ਸਮਿਤੀ ਵਾਸਤੇ, ਜ਼ਿਲ੍ਹਾ ਪ੍ਰੀਸ਼ਦ ਵਾਸਤੇ, ਬਲਾਕ ਸਮਿਤੀ ਵਾਸਤੇ, ਵਾਈਸ ਚੇਅਰਮੈਨ ਕਿਸਾਨ ਸੰਘ ਪੰਜਾਬ ਕਾਂਗਰਸ, ਮੇਰੀ ਵਾਈਫ ਸ਼੍ਰੀਮਤੀ ਜਗਵਿੰਦਰ ਕੌਰ ਜੀ, ਫਿਰ ਉੱਗੀ ਚੋਣ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਹਾਂ, ਆਪਾਂ ਚੋਣ ਸਰਪੰਚੀ ਦੇ ਲੜ ਰਹੇ ਹਾਂ। ਤੁਸੀਂ ਸਾਰਾ ਰਸੂਲਪੁਰ ਨਗਰ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦਵਾ ਕੇ ਜਿਤਾਓ ਅਤੇ ਸਾਡੇ ਕੋਲ ਵਿਕਾਸ ਦੀਆਂ ਉਮੀਦਾਂ ਰੱਖੋ। ਮੀਡੀਆ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਸਰ ਆਪਣੀ ਟੀਮ ਨਾਲ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਇਲੈਕਸ਼ਨ ਦੀ ਅਤੇ ਕੰਪੇਨ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਵੱਖ ਵੱਖ ਕਸਬਿਆਂ 'ਚ ਵੱਖ ਵੱਖ ਬਲਾਕਾਂ 'ਚ ਜਾ ਕੇ ਕਾਂਗਰਸ ਦਾ ਪ੍ਰਚਾਰ ਕਰ ਰਹੇ ਹਾਂ, ਕਾਂਗਰਸ ਦੇ ਕੈਂਡੀਡੇਟਾਂ ਨੂੰ ਜਿਤਾਉਣ ਵਾਸਤੇ। ਸਾਨੂੰ ਪੂਰੀ ਉਮੀਦ ਹੈ ਕਿ ਸਭ ਤੋਂ ਵੱਧ ਪੰਜਾਬ ਦੇ ਵਿੱਚ ਸਾਡੇ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣ ਕੇ ਆਉਣਗੇ, ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣਗੇ। ਮੈਂ ਰਕੇਸ਼ ਪਿੰਡੂਗੀ ਤੋਂ ਬਲਾਕ ਸੰਮਤੀ ਦਾ ਮੈਂਬਰ ਹਾਂ, ਜਿੱਤ ਕੈਂਡੀਡੇਟ ਜਿੱਤ ਕੇ ਸਮਾਜ ਦੀ ਸੇਵਾ ਕਰੂੰਗਾ। ਸ਼ਾਬਾਸ਼ ਜੀ। ਅੱਜ ਬਲਾਕ ਸੰਮਤੀ ਅਦਾਲਤ ਵਿਖੇ ਲਈ ਅਸੀਂ ਸਾਰੇ ਸਾਥੀ ਰਸੂਲਪੁਰ ਪਿੰਡ ਦੇ ਵਿੱਚ ਆਏ ਹਾਂ, ਪਰ ਇੱਥੇ ਆ ਕੇ ਪਤਾ ਲੱਗਿਆ ਕਿ ਜੋ ਪਿਛਲੀ ਸਰਕਾਰ ਦੇ ਵਿੱਚ ਇੱਥੇ ਪੈਸੇ ਆਏ ਸੀਗੇ ਸਾਰੇ ਮੈਂਬਰ ਸਾਹਿਬਾਂ ਨੇ, ਇਹ ਗੱਲ ਆਖੀ ਹੈ ਕਿ ਉਹ ਪੈਸੇ ਦਾ ਮਿਸਯੂਜ਼ ਹੋਇਆ, ਔਰ ਅਸੀਂ ਬੀ ਡੀ ਓ ਸਾਹਿਬ ਦੀ ਡਿਊਟੀ ਲਵਾਂਗੇ ਕਿ ਜੇ ਉਹ ਜੋ ਵੀ ਕੱਪੜਾ ਇੱਥੇ ਹੋਇਆ ਉਹ ਕੱਢਿਆ ਜਾਵੇ ਔਰ ਪੈਸੇ ਜਿਹੜੇ ਵਸੂਲ ਕੀਤੇ ਜਾਵੇ।